ਮਾਮਲਾ ਜੀ ਇਹ ਹੋਇਆ, ਸਾਡੇ ਡੋਗੀ ਨੂੰ ਕੁੱਟਿਆ ਉਹਨਾਂ ਨੇ, ਠੀਕ ਆ, ਅੰਦਰ ਵੜ ਕੇ ਕੁੱਟ ਕੇ ਆਏ ਆ, ਉਹਦਾ ਲੱਕ ਲੁੱਕ ਤੋੜਤਾ, ਉਹਦੀਆਂ ਲੱਤਾਂ ਤੋੜ ਦਿੱਤੀਆਂ, ਕੋਈ ਵੱਡਿਆ ਨਹੀਂ ਕੋਈ ਕੱਟਿਆ ਨਹੀਂ ਹੈਗਾ। ਹਾਂ ਹਾਂ ਸਾਡੇ ਪਿੱਛੇ ਆਇਆ, ਠੀਕ ਆ, ਪਿੱਛੇ ਆਇਆ, ਬਸ ਇੰਨੇ ਚ ਇਹਨਾਂ ਨੇ ਕੁੱਟਿਆ, ਗਲੀਆਂ ਚ ਭਜਾਇਆ, ਤਾਰਾਂ ਨਾਲ ਕੁੱਟਿਆ, ਅੱਖ ਚ ਖੂਨ ਕੱਢਿਆ, ਨੱਕ ਚ ਖੂਨ ਕੱਢਿਆ। ਜਦੋਂ ਕਿਸੇ ਨੇ ਬਚਾਉਣ ਦੀ ਕੋਸ਼ਿਸ਼ ਕੀਤੀ, ਉਹ ਉੱਪਰੋਂ ਬਦਤਮੀਜ਼ੀ ਕਰ ਰਹੇ ਸੀ, ਗੰਦੀਆਂ ਗਾਲੀਆਂ ਕੱਢ ਰਹੇ ਸੀ, ਲੜਕੀਆਂ ਨੂੰ ਗਾਲੀਆਂ ਕੱਢ ਰਹੇ ਸੀ ਜੀ। ਇਹੀ ਕੁੱਤਾ ਜੀ ਇਹਨੂੰ ਮਾਰ ਕੇ ਗਏ, ਸਵੇਰੇ ਦੋ ਜਣੇ ਆਏ ਸੀਗੇ ਜੀ, ਤੇ ਦੋ ਜਣੇ ਇਹਨੂੰ ਮਾਰ ਕੇ ਗਏ, ਇਹਦੀਆਂ ਲੱਤਾਂ ਤੇ ਮਾਰ ਕੇ ਗਏ ਆ, ਤੇ ਲੋਕਾਂ ਦੇ ਘਰ ਚ ਵੜ ਕੇ ਇਹਨੂੰ ਮਾਰਿਆ ਵਾ। ਨੂੰ ਬਹੁਤ ਜ਼ਿਆਦਾ ਹੈਰਾਨੀ ਹੋ ਰਹੀ ਪਈ ਆ ਵੀ ਇੱਕ ਪਾਸੇ ਅਸੀਂ ਖਬਰਾਂ ਇਹ ਸੁਣਦੇ ਆ ਰਹੇ ਹਾਂ ਵੀ ਕੁੱਤਿਆਂ ਦੀ ਲੋਕ ਇੰਨੀ ਸੇਵਾ ਕਰ ਰਹੇ ਆ, ਹੈ ਨਾ, ਬੇਜ਼ੁਬਾਨਾਂ ਦੀ ਇੰਨੀ ਮਦਦ ਕੀਤੀ ਜਾਂਦੀ, ਇਹ ਤਾਂ ਸੁਣੀਆ, ਪਹਿਲੀ ਵਾਰੀ ਇੱਦਾਂ ਪਤਾ ਚੱਲ ਰਿਹਾ ਵੀ ਇੰਦਾ ਕੋਈ ਉਹਨੂੰ ਮਾਰ ਰਿਹਾ ਪਿਆ ਬੇਜ਼ੁਬਾਨ ਨੂੰ। ਮੈਨੂੰ ਇੱਕ ਗੱਲ ਨਹੀਂ ਇਹ ਸਮਝ ਨਹੀਂ ਆ ਰਹੀ ਵੀ ਮਾਰ ਕੇ ਬੈਨੀਫਿਟ ਕੀ ਆ, ਕੋਈ ਬੰਦਾ ਵਾ ਜਿਹਨੂੰ ਸਮਝ ਆ ਜੂਗੀ। ਉਹਨੂੰ ਤੁਸੀਂ ਜਦੋਂ ਮਾਰ ਰਹੇ ਪਏ ਹੋ ਤੇ ਉਦੋਂ ਤਾਂ ਉਹਨੂੰ ਇਹ ਵੀ ਨਹੀਂ ਪਤਾ ਵੀ ਉਹਦਾ ਕਸੂਰ ਕੀ ਹੈ, ਕਿਹੜੀ ਗੱਲੋਂ ਮਾਰ ਪੈ ਰਹੀ ਪਈ, ਤੇ ਜਾਣ ਕਿੱਥੇ, ਦੁਨੀਆਂ ਛੱਡ ਜਾਓ। ਜੇ ਹੁਣ ਰੱਬ ਦੇ ਬਣਾ ਕੇ ਭੇਜਿਆ ਉਹ ਰਜਿਸਟਰੀਆਂ ਤਾਂ ਕਰਾ ਨਹੀਂ ਸਕਦੇ, ਹੈ ਨਾ, ਆਪਣੇ ਵਾਂਗੂ ਵੀ ਆਹ ਸਾਡੀ 50 ਗਜ਼ ਦੀ ਜਗ੍ਹਾ ਵਾ, 100 ਗਜ਼ ਦੀ ਜਗ੍ਹਾ ਵਾ। ਜਾਂ ਤਾਂ ਫਿਰ ਇਹਦੇ ਲਈ ਸਰਕਾਰ ਕੁਛ ਸੋਚੇ ਨਾ ਵੀ ਸਟ੍ਰੇ ਡੋਗ ਨੂੰ ਕਿੱਥੇ ਰੱਖਣਾ ਚਾਹੀਦਾ, ਜੇ ਉਹ ਗਲੀ 'ਚ ਨਹੀਂ ਰਹਿ ਸਕਦਾ। ਮੰਗ ਇਹ ਕਿ ਇਹਨਾਂ ਨੂੰ ਮਾਰਨਾ ਨਹੀਂ ਚਾਹੀਦਾ, ਇੱਕ ਮਾਰ ਕੇ ਕਿ ਉੱਤੋਂ ਮੁੰਡੇ ਲੈ ਕੇ ਆਏ ਜੀ ਮਾਰਨ ਵਾਸਤੇ ਜੀ, ਤਾਂ ਕਹਿੰਦੇ ਹੋਰ ਮਾਰਾਂਗੇ ਜੀ। ਕੁਛ ਨੀ ਹੋਇਆ, ਇਹ ਜਾਂਦੇ ਪਏ ਸੀਗੇ, ਤੇਜ ਜਾ ਰਹੇ ਸੀ, ਦੇਖੋ ਡੋਗੀ ਦਾ ਪਊਗਾ ਜੀ, ਤੇਜ ਜਾ ਰਹੇ ਆ, ਉਹਨਾਂ ਨੇ ਕੋਈ ਵੱਡਿਆ ਨੀ ਕੋਈ ਕੱਟਿਆ ਨੀ ਹੈਗਾ। ਹਾਂ ਹਾਂ ਸਾਡੇ ਪਿੱਛੇ ਆਇਆ, ਠੀਕ ਆ, ਪਿੱਛੇ ਆਇਆ, ਬਸ ਇੰਨੇ ਚ ਇਹਨਾਂ ਨੇ ਕੁੱਟਿਆ, ਗਲੀਆਂ ਚ ਭਜਾਇਆ, ਤਾਰਾਂ ਨਾਲ ਕੁੱਟਿਆ, ਅੱਖ ਚ ਖੂਨ ਕੱਢਿਆ, ਨੱਕ ਚ ਖੂਨ ਕੱਢਿਆ, ਜਾ ਕੇ ਇਹਨਾਂ ਨੇ ਕਿਸੇ ਦੇ ਘਰੇ ਜਾ ਕੇ ਹਮਲਾ ਕੀਤਾ, ਇਹਨਾਂ ਨੇ ਡੰਡਿਆਂ ਦੇ ਨਾਲ ਕੁੱਟਿਆ, ਇਹਨਾਂ ਨੇ ਉਹਦੀਆਂ ਲੱਕ ਤੋੜਤਾ, ਉਹਦੀਆਂ ਲੱਤਾਂ ਤੋੜ ਦਿੱਤੀਆਂ, ਅੱਖ ਦਾ ਹਜੇ ਸਾਨੂੰ ਪਤਾ ਨਹੀਂ ਹੈਗਾ ਉਹਨੂੰ ਦਿਸੂਗਾ ਕਿ ਨਹੀਂ ਦਿਸੂਗਾ, ਹੁਣ ਸਾਨੂੰ ਚਾਹੀਦਾ ਇਹਨਾਂ ਦੀਆਂ ਲੱਤਾਂ ਟੁੱਟਣੀਆਂ ਚਾਹੀਦੀਆਂ। ਪਾਲਤੂ ਦਾ ਸਾਡਾ ਘਰ ਦਾ ਹੀ ਸੀ ਸਮਝੋ, ਅਸੀਂ ਪਾਲਿਆ ਹੋਇਆ ਸੀ, ਸਾਰੇ ਸਾਡੇ ਗਲੀ ਮੁਹੱਲੇ ਵਾਲੇ ਪਾਲਦੇ ਸੀ, ਰੋਟੀ ਪਾਣੀ ਪਾਉਂਦੇ ਆ, ਸਾਡਾ ਸਾਰਿਆਂ ਦਾ ਸਾਂਝਾ ਸੀ, ਬਸ ਅਸੀਂ ਹੁਣ ਇਹਨਾਂ ਨੂੰ ਸਜ਼ਾ ਦੇਣੀ ਚਾਹੁੰਦੇ ਆ। ਹੁਣ ਕੋਈ ਮੁੰਡੇ ਜਿਹੜੇ ਫੜੇ ਗਏ ਨੇ, ਮੁੰਡਾ ਇੱਕ ਤਾਂ ਥਾਣੇ ਵਿੱਚ ਆ, ਜਿਹਨੇ ਕੁੱਟਿਆ ਆ ਉਹ ਮੁੰਡਾ ਹੱਥ 'ਚ ਨਹੀਂ ਆਉਣ ਲੱਗਾ ਹੋਇਆ। ਕੀ ਵੱਡਿਆ ਗਿਆ ਸੀ ਉਹਨਾਂ ਨੂੰ, ਕੁੱਤੇ ਨੇ ਵੱਡਿਆ ਸੀ? ਕੋਈ ਵੱਡਿਆ ਨਹੀਂ ਹਜੇ ਵੀਰੇ, ਕੋਈ ਵੱਡਿਆ ਨਹੀਂ ਹੈਗਾ, ਸਾਨੂੰ ਕੋਈ ਦਿਖਾਓ ਤੁਸੀਂ ਕਿੱਥੇ ਵੱਡਿਆ ਕਿੱਥੇ ਆ, ਹਜੇ ਕੋਈ ਵੱਡਿਆ ਨਹੀਂ, ਉਦੀ ਬਸ ਮਾੜਾ ਇਹ ਕੁੱਤਾ ਮਗਰ ਭੱਜਿਆ, ਇਹ ਤੇਜ਼ ਆ ਰਹੇ ਸੀਗੇ, ਇਸ ਕਰਕੇ ਇਹਨਾਂ ਨੇ ਕੋਠੇ ਤੇ ਚੜ੍ਹ ਕੇ ਕਿਸੇ ਦੇ ਅੰਦਰ ਵੜ ਕੇ ਕੁੱਟਿਆ ਉਹਨਾਂ ਨੂੰ। ਜਿਹੜੀ ਬਦਤਮੀਜ਼ੀ ਕੀਤੀ, ਜਿਹੜੀ ਬਦਤਮੀਜ਼ੀ, ਜਦੋਂ ਕੁੜੀਆਂ ਗਈਆਂ ਉੱਥੇ ਰੋ ਰਹੇ ਸੀ, ਬੱਚੇ ਵੀ ਬਹੁਤ ਜ਼ਿਆਦਾ ਰੋ ਰਹੇ ਸੀ, ਜਦੋਂ ਕਿਸੇ ਨੇ ਬਚਾਉਣ ਦੀ ਕੋਸ਼ਿਸ਼ ਕੀਤੀ, ਉਹ ਉੱਪਰੋਂ ਬਦਤਮੀਜ਼ੀ ਕਰ ਰਹੇ ਸੀ, ਗੰਦੀਆਂ ਗਾਲੀਆਂ ਕੱਢ ਰਹੇ ਸੀ, ਲੜਕੀਆਂ ਨੂੰ ਗਾਲੀਆਂ ਕੱਢ ਰਹੇ ਸੀ। ਇੱਕ ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਡੌਗਸ ਹੈਗੇ ਨੇ ਉਹਨਾਂ ਨੂੰ ਪਾਲਤੂ ਹੈਗੇ ਨੇ ਉਹ ਅੰਦਰ ਰੱਖਣ ਜਾਂ ਪੱਟਾ ਪਾ ਕੇ ਰੱਖਣ, ਕਿ ਇਦਾਂ ਦਾ ਸੀਗਾ? ਨਹੀਂ, ਉਹ ਕੁਝ ਕਹਿੰਦਾ ਹੀ ਨਹੀਂ ਸੀ, ਨਾ ਉਹਨੂੰ ਪੱਟਾ ਪਾਉਣ ਦੀ ਜ਼ਰੂਰਤ ਸੀ, ਜਦੋਂ ਸਾਰੇ ਮੁਹੱਲੇ ਵਾਲਿਆਂ ਨੇ ਉਹਨੂੰ ਰਲ ਕੇ ਪਾਲਿਆ ਸੀ ਨਾ, ਜਦੋਂ ਕੋਈ ਵੀ ਡੌਗ ਲਾ ਲਓ ਤੁਸੀਂ ਆਪਣੇ ਘਰ ਦਾ ਹੀ ਲਗਾ ਲਓ, ਜਦੋਂ ਉਹਦੇ ਸਾਹਮਣੇ ਕੁਝ ਵੀ ਆਪਾਂ ਐਕਸਟਰਾ ਐਕਟੀਵਿਟੀ ਕਰਨੀ ਆ, ਉਹ ਅੱਗੇ ਤੋਂ ਪਏਗਾ, ਨਾਰਮਲ ਗੱਲ ਹੈ ਇਹ। ਕਿਵੇਂ ਦੇਖਦੇ ਹੋ ਕਿ ਇੱਕ ਬੇਜ਼ੁਬਾਨ ਜਾਨਵਰ ਨੂੰ? ਹਾਂਜੀ ਹਾਂਜੀ, ਬੇਜ਼ੁਬਾਨ ਨੂੰ ਕੁੱਟਿਆ, ਹਾਂਜੀ ਬਹੁਤ ਕੁੱਟਿਆ, ਸਾਡੇ ਕੋਲ ਦੇਖ ਬੱਚਾ ਰੋਂਦਾ ਸੀ, ਬੱਚਾ ਕੁੜੀਆਂ ਵੀ ਰੋਂਦੀਆਂ ਸੀ, ਭਾਜੀ ਛੱਡ ਦੋ, ਭਾਜੀ ਛੱਡ ਦੋ, ਅੱਗੇ ਉਹਨਾਂ ਨੂੰ ਬਦਤਮੀ ਤਰ੍ਹਾਂ ਬੋਲਦੇ ਸੀਗੇ, ਪਰ ਉਹਨਾਂ ਨੇ ਛੱਡਿਆ ਨਹੀਂ, ਜਦ ਤੱਕ ਉਹਦੇ ਜਦ ਤੱਕ ਡੋਗੀ ਦੇ ਲੱਤਾਂ ਬਾਹਾਂ ਟੁੱਟ ਨਹੀਂ ਗਈਆਂ, ਉਹਨੇ ਰਹਿਮ ਹੀ ਨਾ ਕੁੱਟਿਆ ਉਹਨਾਂ ਨੇ, ਉਹਦੀ ਅੱਖਾਂ ਚ ਬਲੀਡਿੰਗ ਹੋ ਰਹੀ ਸੀ ਡੋਗੀ ਦੇ, ਲੱਕ ਤੋੜਤਾ ਉਹਨਾਂ ਨੇ, ਉਹਨਾਂ ਲੱਤਾਂ ਵੀ ਤੋੜਤੀਆਂ, ਲੱਕ ਵੀ ਤੋੜ ਦਿੱਤਾ।
ਬਹੁਤ ਬੁਰੀ ਤਰ੍ਹਾਂ ਮਾਰਿਆ, ਬਚੇਗਾ ਨੀ ਉਹ, ਇੰਨੀ ਬੁਰੀ ਤਰ੍ਹਾਂ ਮਾਰਿਆ ਇਹਨਾਂ ਨੇ। ਮੁੰਡੇ ਕਿੱਥੋਂ ਦੇ ਸੀ? ਮੁੰਡੇ ਸਰੂਪ ਨਗਰ ਦੇ। ਸਰੂਪ ਨਗਰ ਦੇ? ਹਾਂਜੀ। ਕਿੰਨੇ ਮੁੰਡੇ ਸੀ? ਸੀਗੇ ਦੋ। ਦੋ ਮੁੰਡੇ ਸੀ? ਹਾਂ, ਬਾਅਦ ਚੋਂ ਕਿੰਨੇ ਬੜੇ ਇਕੱਠੇ ਕਰਕੇ ਲੈ ਆਏ ਕੁੱਤੇ ਨੂੰ ਮਾਰਨ ਲਈ। ਹਾਂਜੀ, ਇਹਨਾਂ ਦੇ ਘਰੇ ਇਧਰ ਆ, ਤੂੰ ਵੀ ਬੋਲ, ਇਹਨਾਂ ਦੇ ਘਰੇ ਜਾ ਕੇ ਕੁੱਤੇ, ਇਹਦੀ ਸਿਸਟਰ ਵੀ ਸੀ ਤੇ ਇਹਦੀ ਮੰਮਾ ਵੀ ਸੀ। ਭਾਜੀ ਉੱਪਰ ਆਇਆ ਇੱਕਦਮ ਤੇ ਉਹਨੇ ਪਹਿਲੇ ਉਹ ਕੁੱਤੇ ਨੂੰ ਮਾਰਨ ਲਈ ਵਿੱਚ ਕੁਰਸੀ ਵੀ ਹੈਗੀ ਸੀ, ਉਹਨੇ ਕੁਰਸੀ ਵੀ ਤੋੜਤੀ, ਫਿਰ ਮੇਰੇ ਮੰਮਾ ਨਾਲ ਖੜੇ ਸੀ, ਉਹਨੇ ਮੰਮਾ ਵੱਲ ਵੀ ਧਿਆਨ ਨਹੀਂ ਦਿੱਤਾ, ਬਸ ਕੁੱਤੇ ਨੂੰ ਮਾਰਨ ਲੱਗ ਗਿਆ, ਫਿਰ ਮੰਮਾ ਉਧਰੋਂ ਜੰਪ ਕਰਕੇ ਫਿਰ ਉਹ ਅੰਦਰ ਚਲੇ ਗਏ ਤੇ ਉਹ ਮਾਰੀ ਗਿਆ ਕੁੱਤੇ ਨੂੰ। ਕੁੱਤਾ ਬਸ ਚੀਕਦਾ ਪਿਆ ਸੀ, ਉਹ ਤਾਂ ਵੀ ਹਟਿਆ ਨਹੀਂ। ਕੁੱਤੇ ਨੇ ਵੱਢਿਆ ਵੀ ਸੀ ਉਹਨਾਂ ਨੂੰ? ਨਹੀਂ, ਕੁੱਤੇ ਨੇ ਨਹੀਂ ਵੱਢਿਆ ਉੱਪਰ। ਕਿੰਨੇ ਮੁੰਡੇ ਆਏ ਸੀ? ਇੱਕ ਮੁੰਡਾ ਆਇਆ ਸੀ ਤੇ ਉਹਨੂੰ ਆਪਾਂ ਰੋਕਿਆ ਵੀ ਸੀ ਕਿ ਨਾ ਜਾ ਅੰਦਰ, ਬਟ ਉਹ ਵੜ ਗਿਆ। ਨਾਲ ਦੋ ਸੀ ਉਹ, ਦੱਸ ਦੋ। ਇੱਕ ਨੀਚੇ ਖੜਾ ਹੋਇਆ ਸੀ ਤੇ ਉਹ ਫੜੇ ਗਏ ਨੇ। ਕੋਈ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ? ਪੁਲਿਸ ਨੇ ਇੱਕ ਬੰਦਾ ਬਿਠਾਇਆ ਤੇ ਇੱਕ ਉਹਨੂੰ ਪੇਸ਼ ਕਰਾਉਣਾ। ਹਾਂਜੀ ਜੀ, ਇਹੀ ਕੁੱਤਾ ਜੀ ਇਹਨੂੰ ਮਾਰ ਕੇ ਗਏ ਸਵੇਰੇ, ਦੋ ਜਣੇ ਆਏ ਸੀਗੇ ਜੀ ਤੇ ਦੋ ਜਣੇ ਇਹਨੂੰ ਮਾਰ ਕੇ ਗਏ, ਇਹਦੀਆਂ ਲੱਤਾਂ ਤੇ ਮਾਰ ਕੇ ਗਏ ਆ ਤੇ ਲੋਕਾਂ ਦੇ ਘਰ ਚ ਵੜ ਕੇ ਇਹਨੂੰ ਮਾਰਿਆ ਵਾ। ਦੋ, ਇੱਕ ਸੰਨੀ ਨਾਮ ਦਾ ਕੇਵਲ ਵਾਲਾ ਬੰਦਾ ਉਹਨੇ ਮਾਰਿਆ, ਉਹਦੇ ਨਾਲ ਦੇ ਫਰੈਂਡ ਨੇ ਮਾਰਿਆ ਜੀ। ਇਹ ਬਹੁਤ ਬੇਹਰਾਮੀ ਨਾਲ ਮਾਰ ਕੇ ਗਿਆ ਜੀ ਇਹਨੂੰ। ਹਾਂਜੀ, ਕਿਵੇਂ ਦੇਖਦੇ ਹੋ ਕਿ ਡੋਗ ਘਰ ਦੇ ਵਿੱਚ ਪਾਲਿਆ ਹੋਇਆ ਸੀ? ਘਰ ਦੇ ਵਿੱਚ ਇਹ ਸਾਰਿਆਂ ਦੇ ਜੀ ਪਾਲਿਆ ਹੋਇਆ ਸੀਗਾ ਜੀ, ਆਪਣਾ ਮਹੱਲੇ ਦਾ ਹੀ ਸੀਗਾ ਜੀ। ਠੀਕ ਹੈ ਜੀ, ਉਹ ਬੇਹਰਾਮੀ ਨਾਲ ਮਾਰ ਕੇ ਗਿਆ, ਉਹਨੂੰ ਕੁਛ ਨਹੀਂ ਵੱਢਿਆ, ਕਿਸੇ ਨੇ ਕੁਛ ਨਹੀਂ ਕਿਹਾ। ਉੱਤੋਂ ਆ ਕੇ ਮੁੰਡੇ ਲੈ ਕੇ ਆਇਆ ਉਹ ਸਪੈਸ਼ਲ ਕਿ ਹਾਂ ਅਸੀਂ ਤਾਂ ਮਾਰਾਂਗੇ, ਹੋਰ ਮਾਰਾਂਗੇ ਜੀ। ਕੁੱਤੇ ਨਾਲ ਅਸੀਂ ਕਿਹੜੀ ਦੁਸ਼ਮਣੀ ਪੈ ਗਈ ਉਹਨਾਂ ਦੀ? ਪਤਾ ਨਹੀਂ ਜੀ, ਇਹ ਤਾਂ ਹੁਣ ਉਹਨਾਂ ਨੂੰ ਪਤਾ ਹੋਵੇ ਜੀ ਇਹ ਕਿਉਂ ਇੱਦਾਂ ਇਹਨਾਂ ਨੇ ਕੀਤਾ। ਹਾਂਜੀ, ਮੰਗ ਇਹ ਕਿ ਇਹਨਾਂ ਨੂੰ ਮਾਰਨਾ ਨਹੀਂ ਚਾਹੀਦਾ। ਇੱਕ ਮਾਰ ਕੇ ਗਏ, ਉੱਤੋਂ ਮੁੰਡੇ ਲੈ ਕੇ ਆਏ ਜੀ ਮਾਰਨ ਵਾਸਤੇ ਜੀ, ਤਾਂ ਕਹਿੰਦੇ ਹੋਰ ਮਾਰਾਂਗੇ ਜੀ। ਅੱਛਾ, ਇਹ ਚੱਕਰ ਹੈ ਜੀ। ਦੇਖੋ ਜੀ, ਮੈਂ ਜਦੋਂ ਇਹ ਗੱਲ ਸੁਣੀ ਆ ਤਾਂ ਮੈਨੂੰ ਬਹੁਤ ਜ਼ਿਆਦਾ ਹੈਰਾਨੀ ਹੋ ਰਹੀ ਪਈ ਆ ਵੀ ਇੱਕ ਪਾਸੇ ਅਸੀਂ ਖਬਰਾਂ ਇਹ ਸੁਣਦੇ ਆ ਰਹੇ ਹਾਂ ਵੀ ਕੁੱਤਿਆਂ ਦੀ ਲੋਕ ਇੰਨੀ ਸੇਵਾ ਕਰ ਰਹੇ ਆ, ਹਨਾ, ਬੇਜ਼ੁਬਾਨਾਂ ਦੀ ਇੰਨੀ ਮਦਦ ਕੀਤੀ ਜਾਂਦੀ ਹੈ, ਇਹ ਤਾਂ ਸੁਣੀਆਂ। ਪਹਿਲੀ ਵਾਰੀ ਇੱਦਾਂ ਪਤਾ ਚੱਲ ਰਿਹਾ ਵੀ ਇੰਨਾ ਕੋਈ ਉਹਨੂੰ ਮਾਰ ਰਿਹਾ ਪਿਆ ਬੇਜ਼ੁਬਾਨ ਨੂੰ। ਮੈਨੂੰ ਇੱਕ ਗੱਲ ਨਹੀਂ ਇਹ ਸਮਝ ਨਹੀਂ ਆ ਰਹੀ ਵੀ ਮਾਰ ਕੇ ਬੈਨੀਫਿਟ ਕੀ ਆ? ਕੋਈ ਬੰਦਾ ਵਾ ਜਿਹਨੂੰ ਸਮਝ ਆ ਜੂਗੀ, ਉਹਨੂੰ ਤੁਸੀਂ ਜਦੋਂ ਮਾਰ ਰਹੇ ਪਏ ਹੋ ਤੇ ਉਦੋਂ ਤਾਂ ਉਹਨੂੰ ਇਹ ਵੀ ਨਹੀਂ ਪਤਾ ਵੀ ਉਹਦਾ ਕਸੂਰ ਕੀ ਹੈ, ਕਿਹੜੀ ਗੱਲੋਂ ਮਾਰ ਪੈ ਰਹੀ ਪਈ ਆ। ਉਦੋਂ ਸਿਰਫ ਡਰ ਗਿਆ, ਹੈਨਾ, ਡਰ ਗਈ, ਜਿੱਦਾਂ ਕੁੱਤੀ ਡਰ ਗਈ, ਉਹਨੂੰ ਤਾਂ ਨਹੀਂ ਸਮਝ ਆ ਰਹੀ ਆਪਾਂ ਮਾਰ ਕੇ ਕੀ ਸਾਬਤ ਕਰ ਰਹੇ ਹਾਂ। ਆਪਣੇ ਚਾਰ ਪੰਜ ਜਣੇ ਆ ਗਏ? ਹਾਂ, ਚਾਰ, ਇੱਕ ਜਣੇ ਨਹੀਂ ਮਾਰਿਆ ਕਹਿੰਦੇ ਜ਼ਿਆਦਾ, ਚਾਰ ਪੰਜ ਜਣੇ। ਪਰ ਮੇਰੀ ਇੱਕ ਗੱਲ ਸੁਣੋ, ਜੇ ਇੰਨਾ ਹੀ ਦਿਲ ਦਾ ਸ਼ੌਂਕ ਸੀਗਾ ਪੜਾਸ ਕੱਢਣ ਦਾ ਤੇ ਉਹ ਪੰਚਿੰਗ ਬੈਗ ਲੈ ਕੇ ਉੱਥੇ ਮਾਰ ਦਿੰਦੇ ਮੁੱਕੇ, ਦਿਲ ਦੀ ਪੜਾਸ ਹੀ ਕੱਢਣੀ ਸੀ ਉੱਥੇ ਮਾਰ ਦਿੰਦੇ ਤੇ ਆਪਣਾ ਦਿਲ ਦਾ ਬਸ। ਉਹਨੂੰ ਬੈਨੀਫਿਟ ਕੀ ਹੋਇਆ? ਕੁੱਤੇ ਨੂੰ ਕੋਈ ਸਮਝ ਤਾਂ ਨਹੀਂ ਆਈ ਨਾ, ਉਹਨੂੰ ਸਿਰਫ ਆਪਣਾ ਦਿਲ ਦਾ ਗੁਬਾਰ ਕੱਢਿਆ, ਹੈ ਨਾ। ਉਹ ਕੱਢਣ ਦਾ ਕੋਈ ਹੋਰ ਤਰੀਕਾ ਬੰਦਾ ਕਰ ਲੈਂਦਾ? ਇਹੀ ਜੇ ਤਗੜਾ ਕੋਈ ਅੱਗੋ ਇਨਸਾਨ ਹੁੰਦਾ, ਹੈ ਨਾ, ਉਹਦੇ ਨਾਲ ਪੰਗਾ ਪਿਆ ਹੁੰਦਾ ਤੇ ਐਂ ਜਾ ਕੇ ਕਿਸੇ ਘਰ ਨੂੰ ਕੋਈ ਮਾਰ ਦਿੰਦਾ? ਤੇ ਉਹ ਹੁਣ ਕੁੱਤਾ ਦੇਖੋ ਕਿੰਨਾ ਡਰਿਆ ਹੋਇਆ, ਕਿੱਦਾਂ ਉਹਦੀ ਮਤਲਬ ਅੱਖਾਂ ਨਹੀਂ ਮਿਲਾ ਪਾ ਰਿਹਾ ਨਾ। ਤੁਸੀਂ ਆਉਂਦੇ ਹੋ ਤਾਂ ਦੇਖੋ ਕਿੱਦਾਂ ਸਾਈਡ 'ਤੇ ਹੋ ਜਾਂਦਾ। ਹੁਣ ਉਹਦੇ ਦਿਲ ਦਾ, ਉਹਨੂੰ ਤਾਂ ਹਜੇ ਵੀ ਡਰ ਲੱਗ ਰਿਹਾ ਪਿਆ। ਹੁਣ ਉਹ ਇਹ ਡਰ ਅੱਜ ਆਪਾਂ ਗੱਲਾਂ ਕਰ ਦਿੱਤੀ ਆ, ਉਹਦੇ ਮਨ 'ਚੋਂ ਕਦੋਂ ਜਾਣਾ? ਹੁਣ ਕੀ ਆ ਉਹਦੇ ਮਨ ਦੇ ਵਿੱਚ ਡਰ ਬੈਠ ਗਿਆ ਕਿ ਮੈਨੂੰ ਇੱਦਾਂ, ਮੈਨੂੰ ਡਰ ਆ ਇਨਸਾਨਾਂ ਤੋਂ, ਉਹ ਕੱਲ੍ਹ ਨੂੰ ਕਿਸੇ ਹੋਰ ਨੂੰ ਵੀ ਭੌਂਕੇਗੀ, ਹੈ ਨਾ, ਫਿਰ ਉਹਨੂੰ ਕੋਈ ਕੁੱਟਣਗੇ, ਇਹਦਾ ਕੀ ਹਾਲ? ਹੁਣ ਉਹ ਕੁੱਤੇ ਜਾਣ ਕਿੱਥੇ? ਦੁਨੀਆਂ ਛੱਡ ਜਾਣ? ਜੇ ਹੁਣ ਰੱਬ ਦੇ ਬਣਾ ਕੇ ਭੇਜਿਆ, ਉਹ ਰਜਿਸਟਰੀਆਂ ਤਾਂ ਕਰਾ ਨਹੀਂ ਸਕਦੇ, ਹੈ ਨਾ, ਆਪਣੇ ਵਾਂਗੂ ਵੀ ਆ ਸਾਡੀ ਵਿਆਹ ਗਾਈ ਦੀ ਜਗ੍ਹਾ ਵਾ, ਸੋ ਗਾਈ ਦੀ ਜਗ੍ਹਾ ਵਾ, ਉਹ ਕਿੱਥੇ ਜਾਣ? ਫਿਰ ਉਹ ਕਿੱਥੇ ਰਹਿਣੀ ਆ? ਤਾਂ ਫਿਰ ਇਹਦੇ ਲਈ ਸਰਕਾਰ ਕੁਛ ਸੋਚੇ ਨਾ ਵੀ ਸਟ੍ਰੇ ਡੋਗ ਨੂੰ ਕਿੱਥੇ ਰੱਖਣਾ ਚਾਹੀਦਾ ਜੀ, ਉਹ ਗਲੀ 'ਚ ਨਹੀਂ ਰਹਿ ਸਕਦਾ। ਸਰਕਾਰ ਨੇ ਤਾਂ ਕੁੱਤਿਆਂ ਵਾਂਗੂ ਲੋਅ ਬਣਾਇਆ ਵੀ ਜੇ ਇੱਕ ਬਾਈਟ ਕਰਦਾ ਤਾਂ ਇੰਨਾ ਜੁਰਮਾਨਾ, ਦੂਜੀ ਬਾਈਟ ਕਰਦਾ ਤੇ ਉਹਨਾਂ ਜੁਰਮਾਨਾ। ਦੇਖੋ, ਕੁੱਤਿਆਂ ਨੂੰ ਜਦੋਂ ਕੋਈ ਮਾਰੇਗਾ ਫਿਰ ਕੀ? ਇਹ ਬਣਾਇਆ, ਇਹ ਪਾਲਤੂ ਕੁੱਤਿਆਂ ਲਈ ਵੀ ਬਣਾਇਆ, ਇਹ ਵੀ ਜ਼ਰੂਰੀ ਆ, ਠੀਕ ਆ, ਜੁਰਮਾਨਾ ਲੱਗੇਗਾ। ਜੇ ਆਪਾਂ ਔਨ ਕਰ ਸਕਦੇ ਹਾਂ, ਆਪਾਂ ਜੁਰਮਾਨਾ ਵੀ ਭਰ ਸਕਦੇ ਹਾਂ, ਲੇਕਿਨ ਸਰਕਾਰ ਨੇ ਇੱਕ ਹੋਰ ਰੂਲ ਬਣਾਇਆ ਵੀ ਸਟ੍ਰੇ ਡੋਗ ਨੂੰ, ਅਵਾਰਾ ਕੁੱਤੇ ਨੂੰ ਤੁਸੀਂ ਮਾਰ ਨਹੀਂ ਸਕਦੇ। ਮਤਲਬ ਜੇ ਤੁਸੀਂ ਕੁਛ ਉਹਨੂੰ ਪਾ
ਨਹੀਂ ਸਕਦੇ ਪਰ ਤੁਸੀਂ ਇਹਨੂੰ ਮਾਰ ਨਹੀਂ ਸਕਦੇ। ਇਹ ਇੱਕ ਫੇਸਬੁੱਕ ਤੇ ਬੜੇ ਹੈਗੇ ਆ ਦਲਜੀਤ, ਉਹ ਕੁੱਤਿਆਂ ਦੀ ਸੇਵਾ ਕਰਦੇ ਆ। ਉਹਨਾਂ ਨੇ ਦੱਸਿਆ ਵੀ ਹਾਈ ਕੋਰਟ ਨੇ ਇਹ ਪਾਸ ਕੀਤਾ ਵੀ ਜੇ ਤੁਸੀਂ ਖਾਣ ਲਈ ਵੀ ਕੁਛ ਪਾ ਰਹੇ ਪਏ ਹੋ ਨਾ, ਤੇ ਕਿਸੇ ਦੇ ਘਰ ਦੇ ਮੂਹਰੇ ਪਾ ਰਹੇ ਪਏ ਹੋ, ਤੇ ਤੁਸੀਂ ਉਹਨੂੰ ਰੋਕ ਨਹੀਂ ਸਕਦਾ ਘਰ ਵਾਲਾ ਵੀ ਸਾਡੇ ਘਰ ਦੇ ਮੂਹਰੇ ਕਿਉਂ ਪਾ ਰਹੇ। ਹੁਣ ਮੈਨੂੰ ਇਹ ਦੱਸੋ ਵੀ ਹੁਣ ਕੁੱਤਿਆਂ ਨੇ ਤਾਂ ਜਾਣਾ ਨਹੀਂ ਹਾਈ ਕੋਰਟ ਕੋਲ ਜਾ ਕੇ ਵੀ ਸਾਡੇ ਵੱਲੋਂ ਤੁਸੀਂ ਕੋਈ ਕਰੋ ਜਾਂ ਸਾਡੇ ਲਈ ਕਾਨੂੰਨ ਬਣਾਓ। ਇਨਸਾਨ ਹੀ ਬੇਜ਼ੁਬਾਨ ਨੂੰ ਅਗਰ ਰੱਬ ਨੇ ਸਾਨੂੰ ਦਿਮਾਗ ਦਿੱਤਾ ਉਹ ਤਾਂ ਹੀ ਦਿੱਤਾ ਵੀ ਬੇਜ਼ੁਬਾਨਾਂ ਦੀ ਤੁਸੀਂ ਮਦਦ ਕਰੋ, ਹੈ ਨਾ। ਹੁਣ ਕੁੱਤੇ ਨੂੰ ਮਾਰਨ ਵਾਲੀ ਗੱਲ ਦਾ ਮੈਂ ਜਦੋਂ ਤੋਂ ਦੇਖੋ ਆਇਆ ਵਾਂ, ਹੁਣ ਇੰਨੇ ਜਾਣੇ ਖੜੇ ਆ, ਹੈ ਨਾ, ਇਹਨਾਂ 'ਚ ਕਿਸੇ ਦਾ ਪਰਸਨਲ ਮਕਸਦ ਨਹੀਂ ਹੈਗਾ, ਹੈ ਨਾ। ਨਾ ਸਾਨੂੰ ਉਸ ਬੰਦੇ ਨਾਲ ਵੀ ਆ, ਉਹ ਬੰਦੇ ਨੂੰ ਅਹਿਸਾਸ ਹੋਣਾ ਚਾਹੀਦਾ ਕਿ ਜੋ ਮੈਂ ਕੀਤਾ ਉਹ ਬਹੁਤ ਗਲਤ ਕੀਤਾ, ਅਤੇ ਬਾਕੀਆਂ ਨੂੰ ਵੀ ਹੋਣਾ ਚਾਹੀਦਾ ਵੀ ਜੇ ਤੁਹਾਨੂੰ ਕੋਈ ਕੁੱਤਾ ਪੈ ਰਿਹਾ, ਹੈ ਨਾ, ਸਰਕਾਰ ਸਿਵਲ ਜਾਊ। ਜੇ ਕੁੱਤਾ ਕੱਟ ਵੀ ਲਵੇ, ਇੱਥੇ ਤਾਂ ਕੱਟਿਆ ਵੀ ਨਹੀਂ ਹੈਗਾ, ਕਹਿ ਰਹੇ ਪਏ ਆ ਵੀ ਕੱਟਿਆ ਨਹੀਂ, ਹੈ ਨਾ, ਭੌਂਕਿਆ, ਹੈ ਨਾ। ਜੇ ਕੱਟਿਆ ਵੀ ਚਲੋ, ਸਰਕਾਰ ਸਿਵਲ ਦੇ ਵਿੱਚੋਂ ਫ੍ਰੀ ਟੀਕੇ ਲਾ ਰਹੀ ਵੀ ਹੈ ਨਾ, ਲਾ ਰਹੇ ਪਏ ਹੈ ਨਾ, ਤੂੰ ਟੀਕਾ ਲਵਾ ਲਓ, ਠੀਕ ਆ। ਤੁਸੀਂ ਆਪਣਾ ਅੱਗੇ ਤੋਂ ਧਿਆਨ ਰੱਖੋ, ਜੇ ਕੁੱਤਾ ਆ ਰਿਹਾ ਪਿਆ, 100 ਤਰੀਕੇ ਹੁੰਦੇ ਆ, ਬੰਦਾ ਕੋਈ ਇੱਦਾਂ ਡਰਾ ਦਿੰਦਾ ਜਾਂ ਵਾਪਸ ਚਲਾ ਜਾਂਦਾ। ਕੁੱਤੇ ਦੀ ਕੋਈ ਪਰਸਨਲ ਦੁਸ਼ਮਣੀ ਤਾਂ ਹੈ ਨਹੀਂ ਕਿ ਇਹਨਾਂ ਨਾਲ ਹੀ ਕੱਢੀ, ਹੈ ਨਾ। ਬਾਈ ਜੀ, ਕਈ ਸੰਸਥਾਵਾਂ ਵੀ ਕੰਮ ਕਰ ਰਹੀਆਂ ਕੁੱਤੇ ਵਾਸਤੇ, ਬਹੁਤ ਕਰ ਰਹੀਆਂ ਜੀ, ਬਹੁਤ ਕਰ ਰਹੀਆਂ। ਲੋਕੀ ਮਦਦ ਵੀ ਬਹੁਤ ਕਰਦੇ ਆ, ਬਹੁਤ ਜ਼ਿਆਦਾ ਮਦਦ ਕਰਦੇ ਆ। ਦੇਖੋ ਤੁਸੀਂ, ਲੋਕ ਜਾਂਦੇ ਆ ਆਪਣੇ ਬਰਥਡੇ ਕੁੱਤਿਆਂ ਨਾਲ ਮਨਾਉਂਦੇ ਆ। ਸਰਕਾਰ ਨੂੰ ਵੀ ਕੁਛ ਕਰਨਾ ਚਾਹੀਦਾ, ਪਰ ਸਰਕਾਰ ਹੁਣ ਹਰ ਜਗ੍ਹਾ ਤਾਂ ਆ ਕੇ ਖੜੀ ਨਹੀਂ ਹੋ ਸਕਦੀ। ਹੁਣ ਇਹ ਤਾਂ ਬੰਦੇ ਬੰਦੇ 'ਤੇ ਡਿਪੈਂਡ ਆ, ਹੈ ਨਾ। ਹੁਣ ਕਾਰਵਾਈ ਸਖ਼ਤ ਕਿਉਂ ਹੋਣੀ ਚਾਹੀਦੀ ਹੈ ਵੀ ਅਗਲਿਆਂ ਨੂੰ ਪਤਾ ਲੱਗ ਜਾਵੇ, ਉਹਨਾਂ ਨੂੰ ਪਤਾ ਉਹ ਕੁੱਤੇ ਨੂੰ ਮਾਰੋ ਕਿੰਨੇ ਕਰਨਾ, ਕੋਈ ਕਾਰਵਾਈ ਕੋਈ ਨਹੀਂ ਕਰੂਗਾ, ਹੈ ਨਾ। ਕੋਈ ਪਤਾ ਹੋਵੇ ਵੀ ਹਾਂ, ਇੱਕ ਡਰ ਤਾਂ ਹੁੰਦਾ, ਆਪਾਂ ਰਾਹ ਜਾਂਦੇ ਬੰਦਾ ਬੰਦਾ ਦੇਖ ਕੇ ਬੰਦਾ ਅੱਗੇ ਥੱਪੜ ਮਾਰਦਾ, ਕੋਈ ਪਾਵਰਫੁਲ ਬੰਦੇ ਨੂੰ ਨਹੀਂ ਮਾਰਦਾ। ਹੁਣ ਪਤਾ ਯਾਰ ਕੁੱਤੇ ਨੂੰ ਮਾਰ ਲਓ, ਕੋਈ ਬੰਦੇ ਨੂੰ ਡਰ ਹੋਊਗਾ ਨਾ ਵੀ ਹਾਂ ਯਾਰ ਇੱਦਾਂ ਦੀ ਵੀ ਹੁੰਦਾ, ਮੁੜ ਕੇ ਵੀ ਮੁਹੱਲੇ ਵਾਲੇ ਜਾ ਕੇ ਯਾਰ ਕੰਪਲੇਂਟ ਵੀ ਕਰਦਾ, ਤੇ ਅੱਗੇ ਤੋਂ ਲੋਕ ਨਹੀਂ ਮਾਰਨਗੇ, ਹੈ ਨਾ, ਸੋਚਣਗੇ ਇੱਕ ਵਾਰੀ ਵੀ ਯਾਰ ਮੇਰਾ ਨੁਕਸਾਨ ਆ। ਕੀ ਸੰਦੇਸ਼ ਦਊਂਗੇ ਉਹਨਾਂ ਲੋਕਾਂ ਨੂੰ ਜਿਹੜੇ ਅਜਿਹੇ ਕੰਮ ਕਰਦੇ? ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਸ਼ਰਮ ਵੀ ਆਉਣੀ ਚਾਹੀਦੀ ਆ। ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹ ਕਿੱਥੇ ਭੁਗਤਣੀਆਂ ਜਾ ਕੇ। ਤੁਸੀਂ ਉਹਨਾਂ ਦੀ ਅੱਖਾਂ 'ਚ ਅੱਖਾਂ ਪਾ ਕੇ ਦੇਖਿਓ ਇੱਕ ਵਾਰੀ, ਤੁਹਾਨੂੰ ਫੀਲ ਆਊਗਾ, ਹੈ ਨਾ। ਉਹ ਮੰਗ ਕੀ ਰਹੇ ਪਏ ਆ ਬੇਜ਼ੁਬਾਨ ਕੁੱਤੇ, ਕੀ ਮੰਗ ਰਹੇ ਪਏ ਆ? ਅਗਰ ਉਹ ਇੱਦਾਂ ਨਾ ਹੁਣ ਭੌਂਕ ਕੇ ਗਿਆ, ਠੀਕ ਹੈ, ਇਹ ਗਲਤ ਵੀ ਹੈ ਸਹੀ ਵੀ ਆ। ਕਈ ਵਾਰੀ ਅਵਾਰਾ ਕੁੱਤਿਆਂ ਨੇ ਲੋਕਾਂ ਦੀਆਂ ਚੋਰੀਆਂ ਬਚਾਈਆਂ, ਹੈ ਨਾ। ਇਹ ਕੁੱਤੇ ਦਾ ਨੇਚਰ ਹੁੰਦਾ ਵੀ ਜਿੱਥੇ ਉਹਨੂੰ ਸ਼ੱਕ ਹੋਵੇ ਨਾ ਉਹਨੇ ਭੌਂਕਣਾ, ਹਿਊਮਨ ਨੇਚਰ ਆ। ਮੈਨੂੰ ਕੁੱਤਿਆਂ ਦੀ ਪੂਰੀ ਸਟੱਡੀ ਆ, ਮੈਂ ਦੱਸਾਂ ਉਹਦਾ ਨੇਚਰ ਆ। ਉਹਦਾ ਨੇਚਰ ਇਹ ਹੁੰਦਾ, ਉਹਦੇ ਦਿਮਾਗ 'ਚ ਘੁੰਮ ਜਾਂਦਾ ਵੀ ਮੈਂ ਇਹਨਾਂ ਦੀ ਸੁਰੱਖਿਆ ਕਰਨੀ ਆ। ਉਹ ਗਾਰਡ ਹੁੰਦੇ ਆ ਸ਼ੁਰੂ ਤੋਂ, ਅਤੇ ਉਹਨੂੰ ਕੋਈ ਵੀ ਲੱਗਦਾ, ਹੁਣ ਜਦੋਂ ਕੋਈ ਝੋਲਾ ਚੱਕ ਕੇ ਜਾ ਰਿਹਾ ਹੁੰਦਾ ਕੁੱਤੇ ਉਹਨੂੰ ਹੀ ਪੈਂਦੇ ਆ। ਉਹ ਕਿਉਂ ਪੈਂਦੇ? ਉਹਨੂੰ ਲੱਗਦਾ ਵੀ ਇਹਨੇ ਕੋਈ ਸਮਾਨ ਚੱਕ ਕੇ ਜਾ ਰਿਹਾ ਪਿਆ, ਹੈ ਨਾ ਯਾਰ ਤਾਂ। ਅਤੇ ਉਹ ਜੇ ਪੈ ਰਿਹਾ ਪਿਆ, ਤੁਸੀਂ ਉਹਨੂੰ ਦੱਸੋ ਮੈਂ ਸਾਈਕਲਿੰਗ 'ਤੇ ਜਾਂਦਾ ਰੋਜ਼, ਹੈ ਨਾ, ਉਹ ਇੱਕ ਕੁੱਤਾ ਮੇਰੇ ਰੋਜ਼ ਪੈਂਦਾ, ਮੈਂ ਰੋਕ ਕੇ ਪੁੱਛ ਕਰ ਦਿੰਦਾ ਉਹਨੂੰ, ਉਹ ਪਤਾ ਲੱਗ ਜਾਂਦਾ ਹੈ ਵੀ ਯਾਰ ਵੀ ਮੈਨੂੰ ਵੀ ਪੈਂਦੇ। ਇਸ ਕਰਕੇ ਇਹ ਦੇਖਣਾ ਚਾਹੀਦਾ ਵੀ ਆਪਾਂ ਬੇਜ਼ੁਬਾਨ 'ਤੇ, ਵੈਸੇ ਹੁਣ ਇਹ ਕਹਿਣ ਦੀਆਂ ਤਾਂ ਗੱਲਾਂ ਨਹੀਂ, ਇਹ ਹਰੇਕ ਬੰਦਾ ਖੁਦ ਸਮਝਦਾਰ ਆ, ਸਮਝਣ ਵਾਲੀਆਂ ਫੀਲਿੰਗਸ ਵਾਲੀਆਂ ਗੱਲਾਂ ਵੀ ਚਲੋ ਤੁਸੀਂ ਚੁੱਪ ਕਰਕੇ ਬੈਠੇ ਹੋਵੋ, ਹੈ ਨਾ, ਅਤੇ ਤੁਹਾਨੂੰ ਕੋਈ ਆ ਕੇ ਇੱਦਾਂ ਮਾਰ ਜਾਵੇ, ਲੱਤਾਂ ਆਹ ਤੋੜ ਦਿੱਤੀਆਂ ਜਾਂ, ਮੇਰੇ ਕੋਲ ਤਾਂ ਬਿਆਨ ਵੀ ਨਹੀਂ ਕੀਤੇ ਜਾ ਸਕਦੀਆਂ, ਅਤੇ ਉਹਦਾ ਇਲਾਜ ਕੌਣ? ਚਲੋ ਇੱਕ ਇਨਸਾਨ ਨੂੰ ਕੁੱਟਿਆ, ਹੈ ਨਾ, ਬੱਚਾ ਵਾ, ਅੱਜ ਆਪਾਂ ਇਕੱਠੇ ਹੋਏ ਹਾਂ, ਠੀਕ ਹੈ, ਉਹ ਸਾਰੇ ਚੱਲ ਜਾਣਗੇ ਘਰਾਂ ਨੂੰ, ਠੀਕ ਹੈ। ਉਸ ਤੋਂ ਬਾਅਦ ਜੇ ਉਹਦਾ ਟ੍ਰੀਟਮੈਂਟ ਵੀ ਕਰਾ ਦਿੰਦੇ ਆ, ਸਮਝੋ 10,000 ਵੀ ਦੇ ਦਿੱਤਾ, ਹੈ ਨਾ, 5,000 ਦੇ ਦਿੱਤਾ ਟ੍ਰੀਟਮੈਂਟ ਕਰਾ, ਟ੍ਰੀਟਮੈਂਟ ਤੋਂ ਬਾਅਦ ਆਪਰੇਟ ਤੋਂ ਬਾਅਦ ਨਹੀਂ ਲੋੜ ਹੁੰਦੀ ਸੇਵਾ ਦੀ, ਉਹ ਕਿੰਨੇ ਕਰਨੀ ਹੈਗੀ, ਹੈਗਾ ਕੋਈ ਉਹਦਾ? ਠੀਕ ਹੈਗਾ ਨਹੀਂ।